ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਅਤੇ ਮੈਂ ਬਾਣੀ ਅਤੇ ਕ੍ਰਿਸਚੈਨਿਟੀ ਦਾ ਪ੍ਰਚਾਰ ਕਰਦਾ। ਅਤੇ ਆਹ ਮੇਰੀ ਟੀ ਸ਼ਰਟ ਹੈਗੀ, ਇਹਦੇ ਵਿੱਚ ਲਿਖਿਆ ਨੋ ਕ੍ਰਾਈਸਟ ਇਨ ਯੋਰ ਹਾਰਟ, ਨੋ ਗੋਸਪਲ ਬਟ ਡੈਡ ਲੈਟਰਸ। ਅਤੇ ਇਹਦਾ ਡਿਜ਼ਾਇਨ ਮਿਲ ਸਕਦਾ ਹੈਗਾ ਜੇ ਕਿਸੇ ਨੂੰ ਚਾਹੀਦਾ ਹੋਵੇ। ਅਤੇ ਜਿੰਨਾ ਚਿਰ ਆਦਮੀ ਆਪਣੇ ਪਿਓ ਦਾ ਨਹੀਂ ਬਣਦਾ, ਅਕਾਲ ਪੁਰਖ ਦਾ ਨਹੀਂ ਬਣ ਸਕਦਾ। ਅਤੇ ਅੱਜ ਤਾਂ ਮੈਂ ਕਰਨਾ ਹੈਗਾ ਆਪਣੇ ਸਤਿਗੁਰੂ ਰਾਮਦਾਸ ਜੀ ਦੇ ਸਲੋਕ ਹੈਗਾ। ਹੁਣ ਸਤਿਗੁਰੂ ਰਾਮਦਾਸ ਜਿਹੜੇ ਸੀਗੇ ਉਹ ਸੀਲਡ ਟੂ ਸਰਵ ਗੋਡ, ਗੁਰਮੁਖ ਸਿੱਖਾਂ ਨੂੰ ਉਹ ਉਪਦੇਸ਼ ਦਿੰਦੇ ਨੇ। ਉਹਨਾਂ ਦਾ ਜਿਹੜੀ ਸਪੈਸ਼ਲਾਈਜੇਸ਼ਨ ਸੀਗੀ ਉਹ ਸੀਗੀ ਗੁਰਮੁਖ ਸਿੱਖ। ਸਤਿਗੁਰੂ ਨਾਨਕ ਦੇਵ ਜੀ ਨੇ ਤਾਂ ਜਨਰਲ ਇੰਟਰੋਡਕਸ਼ਨ ਦਿੱਤੀ ਨਾ, ਹਰ ਇੱਕ ਦਾ ਦੱਸਿਆ ਵੀ ਸੁਭਾਅ ਦੱਸਿਆ, ਹਰ ਜਿਹੜਾ ਹੈਗਾ ਚੌਂ ਬਿਰਤੀਆਂ ਦੇ ਬਾਰੇ ਦੱਸਿਆ, ਹੋਮੇ ਮਨ ਬੁੱਧੀ ਚਿੱਤ ਬਿਰਤੀ ਦੇ ਲੋਕਾਂ ਦਾ ਸੁਭਾਅ ਦੱਸਿਆ। ਫਿਰ ਸਤਿਗੁਰੂ ਅੰਗਦ ਦੇਵ ਜੀ ਨੇ ਨੀਂਹ ਰੱਖੀ ਸਿੱਖੀ ਦੀ, ਅਤੇ ਨੀਂਹ ਹੈਗੀ ਰੱਖ ਹੁੰਦੀ ਹੋਮੇ ਮਾਰੀ, ਹੋਮੇ ਮਾਰ ਕੇ ਉਹਨਾਂ ਨੇ ਉਹਨਾਂ ਨੂੰ ਸਨਮੁੱਖ ਬਣਾਇਆ ਅਕਾਲ ਪੁਰਖ ਨੂੰ, ਉਹਨਾਂ ਨੂੰ ਫੜਾ ਦਿੱਤਾ ਸਤਿਗੁਰੂ ਅਮਰਦੇਵ ਜੀ ਦੇ ਹੱਥ। ਉਹਨਾਂ ਨੇ ਫਿਰ ਸਨਮੁੱਖਾਂ ਨੂੰ ਗੁਰਮੁਖ ਬਣਾਇਆ, ਗੁਰਮੁਖ ਬਣਾ ਕੇ ਫੜਾ ਦਿੱਤਾ ਸਤਿਗੁਰੂ ਰਾਮਦਾਸ ਜੀ ਦੇ ਹੱਥ। ਸਤਿਗੁਰੂ ਰਾਮਦਾਸ ਜੀ ਨੇ ਗੁਰਮੁਖਾਂ ਨੂੰ ਚਿੱਤ ਬਿਰਤੀ ਦੇ ਬਾਰੇ ਦੱਸਿਆ, ਅਕਾਲ ਪੁਰਖ ਬਾਰੇ ਉੱਥੇ ਇੱਕ ਮਿੱਕ ਹੁੰਦਾ ਹੈਗਾ, ਉਹਨਾਂ ਨੇ ਫੜਾਇਆ ਪ੍ਰਭ ਅਵਿਨਾਸ਼ੀ, ਪਾਈਏ ਪ੍ਰਭ ਅਵਿਨਾਸ਼ੀ ਸਤਿਗੁਰੂ ਅਰਜਨ ਦੇਵ ਜੀ ਨੂੰ। ਉਹਨਾਂ ਨੇ ਨਾਮ ਦਾ ਖੰਡਾ ਤਿਆਰ ਕੀਤਾ ਅਤੇ ਉਹ ਫੜਾਇਆ ਹੱਥ ਸਤਿਗੁਰੂ ਤੇਗ ਬਹਾਦਰ ਜੀ ਦੇ, ਛੇਵੇਂ ਸਤਿਗੁਰੂ। ਉਹਨਾਂ ਨੇ ਫਿਰ ਵਾਹਿਆ ਅਤੇ ਇਹ ਜਿਹੜਾ ਹੈਗਾ ਸੂਹੀ ਮਹੱਲਾ ਚੌਥਾ, ਇਹ ਸਲੋਕ ਹੈਗਾ ਗੁਰਮੁਖਾਂ ਲਈ, ਜਿਹੜੇ ਗੁਰਮੁਖ ਹੈਗੇ ਉਹਨਾਂ ਨੂੰ ਸੰਬੋਧਨ ਕਰਦੇ ਨੇ। ਕਰ ਛੇਵਾਂ, ਹਰ ਇੱਕ ਓਂਕਾਰ ਹੈਗਾ, ਇੱਕ ਓਂਕਾਰ ਨਹੀਂ ਹੈਗਾ, ਇਹ ਹਰੀ ਓਮ ਸ਼ਾਂਤੀ ਤੋਂ ਬਣਿਆ ਹਰ ਇੱਕ ਓਂਕਾਰ। ਹਰ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਤ ਦਾ ਜੇ ਗੁਰ ਆਉਂਦਾ ਹੋਵੇ, ਗੁਰ ਹੈਗਾ ਢੰਗ, ਲੋਜੀਕਲ ਰੀਜ਼ਨਿੰਗ। ਜੇ ਤੁਹਾਨੂੰ ਲੋਜੀਕਲ ਰੀਜ਼ਨਿੰਗ ਆਉਂਦੀ ਹੈਗੀ ਤਦ ਤੁਹਾਡਾ ਜਿਹੜਾ ਉਹਦਾ ਪ੍ਰਸ਼ਾਦ ਹੈਗਾ ਜਾਂ ਉਹਦਾ ਜਿਹੜਾ ਤੱਤ ਮੂਲ ਹੈਗਾ ਉਹ ਨਾਮ ਮਿਲਦਾ ਹੈਗਾ ਸਤਿਗੁਰ ਪ੍ਰਸਾਦ। ਫਿਰ ਉਹ ਦੱਸਦੇ ਕਿ ਜਿਹੜੀ ਅਕਾਲ ਪੁਰਖ ਦੇ ਵਿੱਚ ਇਹ ਰੂਹ ਜਿਹੜੀ ਹੈਗੀ ਉਹ ਕੀਮਤ ਰੱਖਦੀ ਹੈਗੀ, ਨਾ ਕਿ ਜਿਸਮ। ਅਕਾਲ ਪੁਰਖ ਹੈਗਾ ਸੁਪਰ ਨੈਚੁਰਲ ਅਤੇ ਆਪਣੀ ਰੂਹ ਜਿਹੜੀ ਹੈਗੀ ਉਹ ਸੁਪਰ ਨੈਚੁਰਲ ਹੈਗੀ, ਉਹਦੀ ਅੰਸ਼ ਹੈਗੀ ਅਤੇ ਉਹਦੇ ਵਿੱਚ ਉਹ ਸੁਪਰ ਨੈਚੁਰਲ ਪਲੇ ਪਾਰਟ ਕਰਦੀ ਹੈਗੀ। ਜਿਹੜਾ ਪਿਛਲਾ ਉਹਦੇ ਹੁੰਦੇ ਨੇ ਕਰਮ, ਉਹਨਾਂ ਦਾ ਉਹ ਮਨ 'ਤੇ ਲਿਖਿਆ ਹੁੰਦਾ ਹੈਗਾ
ਜੋ ਵੀ ਹੁੰਦਾ ਹੈਗਾ ਤਾਂ ਉਹ ਫਿਰ ਅਗਲਾ ਜਨਮ ਮਿਲਦਾ ਹੈਗਾ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਜੋ ਦੀ ਨਜ਼ਰ ਪਵੇ ਤਾਂ ਮੋਖ ਦੁਆਰ ਮਿਲ ਜਾਂਦਾ। ਅਤੇ ਇਸ ਕਰਕੇ ਅਕਾਲ ਪੁਰਖ ਵਿੱਚ ਆ ਜਿਹੜੀ ਦੁਨਿਆਵੀ ਸ਼ਰੀਆ ਹੈਗੀ, ਜਾਤ ਪਾਤ ਅਤੇ ਜੇ ਤੁਸੀਂ ਦਾਸੀ ਦੇ ਭੇਡ ਦਾਸੀ ਹੈਗੀ ਹੁੰਦੀ ਹੈਗੀ, ਜਿਹੜੇ ਮੰਦਰਾਂ ਵਿੱਚ ਨਾ ਲੋਕ ਆਪਣੀਆਂ ਕੋਈ ਭੇਂਟ ਕਰ ਦਿੰਦੇ ਨੇ, ਮੁੰਡੇ ਕਰ ਦਿੰਦੇ ਭੇਂਟ, ਕੋਈ ਆਪਣੀਆਂ ਕੁੜੀਆਂ ਕਰ ਦਿੰਦੇ ਨੇ, ਅਤੇ ਉੱਥੇ ਉਹ ਫਿਰ ਦਾਸੀਆਂ ਜਿਹੜੀਆਂ ਨਾ ਉਹ ਫਿਰ ਜਿਹੜਾ ਉਹਨਾਂ ਦੇ ਪੇਟ ਚ ਪੈਦਾ ਆਦਮੀ ਹੁੰਦਾ ਨਾ, ਉਹਨੂੰ ਪਤਾ ਨਹੀਂ ਹੁੰਦਾ ਵੀ ਕਿਹੜਾ ਪੇ ਹੈਗਾ ਮੇਰਾ। ਇਸ ਕਰਕੇ ਉਹਨਾਂ ਦਾਸੀਆਂ ਦੇ ਪੁੱਤਰਾਂ ਨੂੰ ਕੋਈ ਪੋਲੀਟੀਕਲ ਪਾਵਰ ਨਹੀਂ ਹੈਗੀ, ਯਾਨੀ ਕਿ ਉਹ ਨਾ ਉਹ ਵਿਆਹ ਨਹੀਂ ਕਰਾ ਸਕਦੇ ਅਤੇ ਨਾ ਹੀ ਉਹ ਪੋਲੀਟਿਕਸ ਵਿੱਚ ਹਿੱਸਾ ਲੈ ਸਕਦੇ ਨੇ ਜਿੱਦਾਂ ਕਿ ਔਰਤਾਂ, ਕਿਉਂ ਇਹਨਾਂ ਦਾ ਵੀ ਬੀਜ ਨਹੀਂ ਨਾ ਹੁੰਦਾ। ਅਤੇ ਇਸ ਨੂੰ ਮੁੱਖ ਰੱਖਦੇ ਆ ਹੁਣ ਤੁਸੀਂ ਇਹ ਸਮਝ ਜਾਓਗੇ ਇਸ ਸਲੋਕ ਦੇ ਮਤਲਬ। ਨੀਚ ਜਾਤ, ਲੋਕ ਸਮਝਦੇ ਵੀ ਜਿਹੜਾ ਕੰਮ ਨੀਵਾਂ ਕਰਦਾ, ਜਿਹਦਾ ਚੰਪੜ ਚਮੜੇ ਦਾ ਕੰਮ ਕਰਦਾ ਜਾਂ ਹੋਰ, ਉਹਨੂੰ ਨੀਚਾ ਸਮਝਦੇ ਨੇ। ਉਹਨੂੰ ਇਹ ਨਹੀਂ ਸਮਝਦੇ ਕਿ ਵੀ ਉਹ ਜੇ ਨਾ ਕਰੇਗਾ ਤਾਂ ਤੁਹਾਡੀ ਜੁੱਤੀ ਕਿੱਥੋਂ ਬਣੇਗੀ, ਉਹ ਤੁਹਾਡੀ ਜੁੱਤੀ ਬਣਾਉਣ ਲਈ ਤੁਹਾਡੀ ਮਦਦ ਕਰਦਾ ਹੈਗਾ, ਚਮੜੇ ਨੂੰ ਰੰਗਦਾ ਹੈਗਾ, ਸਭ ਕੁਛ ਕਰਦਾ ਹੈਗਾ, ਤਾਂ ਉਹ ਨੀਚ ਕਿਵੇਂ ਹੋ ਗਿਆ। ਅਤੇ ਇਸ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਜਦੋਂ ਤੁਸੀਂ ਹਰ ਨੂੰ ਜਪਦੇ ਆ ਨਾ, ਅਕਾਲ ਪੁਰਖ ਨੂੰ ਤਾਂ ਸਾਰੇ ਜਪ ਸਕਦੇ ਨੇ, ਕਿਸੇ ਦਾ ਮੂੰਹ ਬੰਦ ਨਹੀਂ ਹੈਗਾ, ਉਹ ਜੇ ਜਪੇਗਾ ਤਾਂ ਉੱਤਮ ਪਦਵੀ ਪਾਏਗਾ ਉਹ। ਪੁੱਛੋ ਬਿੱਦਰ ਦਾਸੀ ਸੁੱਤੇ, ਕਿਸ਼ਨ ਉਤਰਿਆ ਘਰ ਜਿਸ ਜਾਏ। ਇਹ ਕਹਿੰਦੇ ਵੀ ਜ਼ਿਆਦਾ ਹੀ ਪੁੱਛਣਾ ਤੁਸੀਂ, ਕੋਈ ਚੂੜਾ ਹੋਇਆ, ਕੋਈ ਚਮਾਰ ਹੋਇਆ, ਕੋਈ ਕੁਛ ਹੋਇਆ, ਉਹ ਤਾਂ ਪਿਓ ਦੇ ਘਰ ਪੈਦਾ ਹੋਏ ਨਾ, ਅਤੇ ਜਿਹੜਾ ਹੁੰਦਾ ਦਾਸੀ ਦੇ ਪੈਦਾ ਹੋਇਆ ਉਹ ਤਾਂ ਉਹਨਾਂ ਨਾਲ ਵੀ ਨਿਗਰਿਆ ਹੁੰਦਾ ਹੈਗਾ। ਉਹ ਬਿੱਦਰ ਇੱਕ ਸੀਗਾ ਆਦਮੀ ਜਿਹੜਾ ਕਿ ਦਾਸੀ ਦੇ ਪੇਟ ਵਿੱਚ ਪੈਦਾ ਹੋਇਆ ਸੀਗਾ, ਉਹ ਕਿਉਂ ਵਿਆਹ ਨਹੀਂ ਕਰ ਸਕਦਾ, ਇਹ ਪੋਲੀਟਿਕਸ ਵਿੱਚ ਹਿੱਸਾ ਨਹੀਂ ਲੈ ਸਕਦਾ ਸੀ, ਬਿਸ਼ੱਕ ਦੀ ਉਹ ਮੰਤਰੀ ਸੀਗਾ, ਸਭ ਕੁਛ ਸੀਗਾ, ਲੇਕਿਨ ਉਹਨੂੰ ਰਾਜ ਜਾਂ ਉਹਨੂੰ ਜ਼ਮੀਨ ਦਾ ਕੋਈ ਹੱਕ ਨਹੀਂ ਸੀਗਾ। ਅਤੇ ਇਸ ਕਰਕੇ ਉਹ ਜਿਹੜੇ ਦਾਸੀਆਂ ਦੇ ਪੇਟ ਵਿੱਚ ਪੈਦਾ ਹੁੰਦੇ ਨੇ ਉਹ ਆਮ ਤੌਰ 'ਤੇ ਫਿਰ ਭਗਤ ਬਣਦੇ ਨੇ। ਇਹਨਾਂ ਨੂੰ ਕਹਿੰਦੇ ਨੇ ਮਸਟਰਡ ਸੀਡ, ਜੀਜੇ ਸਤਿਗੁਰੂ ਜੀਜੇ ਨੇ ਕਿਹਾ ਇਹਨਾਂ ਨੂੰ ਮਸਟਰਡ ਸੀਡ, ਇਹ ਉਹ ਮਸਟਰਡ ਸੀਡ ਸੀ ਬਿੱਦਰ। ਉਹ ਕਹਿੰਦੇ ਵੀ ਉਹਨੂੰ ਬਿੱਦਰ ਨੂੰ ਪੁੱਛੋ ਦਾਸੀ ਦੇ, ਉਹ ਦਾਸੀ ਦੇ ਪੇਟ ਵਿੱਚ ਪੈਦਾ ਹੋਇਆ ਸੀ, ਕਿਸ਼ਨ ਉਤਰਿਆ ਘਰ ਜਿਸ ਜਾਏ। ਕ੍ਰਿਸ਼ਨ ਜਿਹੜੇ ਸੀ ਆਪਣੇ ਇਹ ਦੁਆਪਰ ਯੁੱਗ ਦਾ ਅਵਤਾਰ ਸੀਗੇ, ਇਹ ਸ਼ਿਵ ਦੇ ਇਨਕਾਰਨੇਸ਼ਨ ਸੀਗੀ, ਵਿਸ਼ਨੂੰ ਦੇ ਨਹੀਂ ਸੀਗੇ, ਵਿਸ਼ਨੂੰ ਦੇ ਸੀਗੇ ਸ਼੍ਰੀ ਰਾਮ ਚੰਦਰ ਜੀ। ਇਹ ਕ੍ਰਿਸ਼ਨ ਹੈਗੇ ਨੇ
ਸ਼ਿਵ ਦੇ, ਕ੍ਰਿਸ਼ਨ ਬਲਦੇਵ। ਕ੍ਰਿਸ਼ਨ ਹੈਗਾ ਰੇ ਆਫ ਲਾਈਟ ਅਤੇ ਬਲਦੇਵ ਮੀਨ ਦੇਵਤਾ, ਸ਼ਕਤੀ ਦਾ ਦੇਵਤਾ। ਇਹਦਾ ਫੇਵਰੇਟ ਨਾਂ ਹੁੰਦਾ ਸੀਗਾ ਗੋਬਿੰਦਾ, ਇਸੇ ਕਰਕੇ ਹਰਗੋਬਿੰਦ ਜੀ ਅਤੇ ਗੋਬਿੰਦ ਰਾਏ ਜੀ ਇਹ ਕ੍ਰਿਸ਼ਨ ਦੇ ਰੂਹਾਨੀ ਰੂਪ ਸਨ। ਅਤੇ ਕ੍ਰਿਸ਼ਨ ਬਲਦੇਵ ਉਸ ਦੁਆਪਰ ਯੁੱਗ ਦੇ ਅਵਤਾਰ ਸਨ। ਉਹ ਕਿਸੇ ਦੇ ਗਏ, ਉੱਥੇ ਨਹੀਂ ਗਏ, ਉਹਦੇ ਘਰ, ਉਹਦੇ ਜਿਹੜੀ ਸੀ ਉਹਦੀ ਦਾਸੀ ਦਾ ਪੁੱਤਰ ਸੀ ਨਾ ਬਿਦਰ, ਉਹਦੇ ਘਰ ਜਾ ਕੇ ਉਹ ਟਿਕੇ। ਅਤੇ ਉਹਦੀ ਕਿਉਂ ਇਹਨਾਂ ਨੂੰ ਪਤਾ ਸੀ ਵੀ ਇਹ ਜਿਹੜਾ ਅਕਾਲ ਪੁਰਖ ਵਿੱਚ ਕਿਹੜਾ ਉੱਚਾ ਹੈਗਾ। ਅਕਾਲ ਪੁਰਖ ਵਿੱਚ ਬਿਦਰ ਉੱਚਾ ਸੀਗਾ, ਜਗ ਦੀ ਦੂਜੇ ਉਹਨੂੰ ਕਹਿੰਦੇ ਸੀ ਵੀ ਇਹ ਦਾਸੀ ਦੇ ਪੇਟ 'ਚ ਪੈਦਾ ਹੋਇਆ ਅਤੇ ਇਹਨੂੰ ਕੋਈ ਹੱਕ ਨਹੀਂ ਹੈਗਾ, ਆਹ ਨਹੀਂ ਹੈਗਾ, ਉਹ ਨਹੀਂ ਹੈਗਾ। ਪਰ ਅਕਾਲ ਪੁਰਖ ਦੇ ਉਹ ਭਗਤੀ ਕਰਕੇ ਉਹ ਉੱਚੀ ਪਦਵੀ ਪਾਇਆ ਹੋਇਆ ਸੀ। ਅੱਛਾ, ਇਹ ਜੇ ਸਮਝਣਾ ਪੂਰਾ ਉਹਦੇ ਲਈ ਹੈਗਾ, ਫਿਰ ਇਹ ਇੱਕ ਚਾਰਟ ਬਣਾਇਆ ਮੈਂ। ਉਹ ਹੈਗਾ ਕਿ ਆਹ ਹੈਗਾ ਇੱਕ ਮੇਰੇ ਵੈਬਸਾਈਟ 'ਤੇ ਮਿਲ ਜਾਏਗਾ। ਆਹ ਹੈਗਾ ਸੂਰਜ ਅਤੇ ਆਹ ਹੈਗਾ ਚੰਦ। ਸੂਰਜ ਦੀ ਰੋਸ਼ਨੀ ਚੰਦ 'ਤੇ ਪੈਂਦੀ ਤਾਂ ਫਿਰ ਥੱਲੇ ਲੋ ਆਉਂਦੀ। ਇਹ ਹੈਗਾ ਬ੍ਰਾਹਮਣ। ਆਹ ਜਿਹੜੇ ਬ੍ਰਾਹਮਣ ਹੈਗੇ ਨਾ ਆਪਣੇ ਲੋਕ ਰਾ ਲੋਕ ਇਹ ਹੈਗੇ ਨੇ, ਲੋਕ ਦੇ ਲੋਕ ਬ੍ਰਾਹਮਣ ਵਗੈਰਾ ਅਤੇ ਸਭ। ਰਾਮਚੰਦਰ ਜੀ ਇੱਥੇ ਹੈਗੇ ਨੇ, ਇਹਨਾਂ ਦੇ ਅਵਤਾਰ। ਰਾਮਚੰਦਰ ਜੀ ਦਾ ਨਾਂ ਇਸ ਕਰਕੇ ਰਾਮਚੰਦਰ ਜੀ ਪਿਆ, ਰਾਮ ਤਾਂ ਹੈਗਾ ਆਹ ਅਤੇ ਆਹ ਹੈਗਾ ਚੰਦ, ਰਾਮ ਦਾ ਚੰਦ। ਉਹਦੀ ਲੋ ਜਿਹੜੀ ਮਰਿਆਦਾ ਪੁਰਸ਼ੋਤਮ ਅਵਤਾਰ, ਦੁਨਿਆਵੀ ਮਰਿਆਦਾ, ਮੋਰਲ ਐਜੂਕੇਸ਼ਨ, ਮੋਜ਼ਿਸ ਆਫ ਇੰਡੀਆ। ਅਤੇ ਹੈਗਾ ਸਤਿਗੁਰੂ ਨਾਨਕ ਦੇਵ ਜੀ ਅਤੇ ਜੀਜ਼ਸ। ਲਾਈਟ ਹੈਗੀ ਸਨ ਦੀ। ਇਹ ਹਰ ਹੈਗਾ ਹਰ, ਇਹ ਹਰੀ ਹੈਗਾ ਹਰ, ਏਕ ਓਮਕਾਰ ਹਰੀ ਓਮ ਸ਼ਾਂਤੀ। ਅਤੇ ਹਰ ਜਿਹੜਾ ਨਾ ਇਹ ਰੂਹ ਦੇ ਰੂਹ ਨਾਲ ਤੋਲਕ ਹੈਗਾ ਇਹਦਾ। ਇਹ ਬਿੱਦਰ ਜਿਹੜਾ ਸੀ ਇਹ ਹਰ ਦਾ ਸੀਗਾ ਭਗਤ, ਕਿਉਂਕਿ ਇਹ ਹਰ ਦਾ ਭਗਤ ਸੀ ਅਤੇ ਇਸ ਕਰਕੇ ਇਹ ਉੱਚੀ ਪਦਵੀ 'ਤੇ ਸੀਗਾ ਸ਼੍ਰੀ ਕ੍ਰਿਸ਼ਨ ਬਲਦੇਵ ਜੀ ਨਾਲੋਂ। ਉਹ ਸ਼ਿਵ ਦੇ ਅਵਤਾਰ ਸਨ, ਇਹ ਸੀਗੇ ਰੂਹਾਨੀ ਰੂਹ ਦੇ, ਅਤੇ ਇਸ ਕਰਕੇ ਇਹਨਾਂ ਨੂੰ ਜਿਹੜਾ ਜੀਜ਼ਸ ਕਹਿੰਦਾ ਨਾ, ਜਿਵੇਂ ਜੌਨ ਦੀ ਬਾਪਟਿਸਟ ਆ ਹੈਗਾ, ਵਿਟਨੈਸ ਟੂ ਦੀ ਲਾਈਟ ਬਟ ਨਾਟ ਦੀ ਲਾਈਟ। ਕ੍ਰਾਈਸਟ ਜੀਜ਼ਸ ਆ ਹੈਗਾ, ਕ੍ਰਾਈਸਟ ਜੀਜ਼ਸ ਕਹਿੰਦਾ ਦ ਲੀਸਟ ਇਨ ਦੀ ਕਿੰਗਡਮ ਆਫ ਗੋਡ ਇਜ਼ ਗ੍ਰੇਟਰ ਦੈਨ ਜੌਨ ਦੀ ਬਾਪਟਿਸਟ। ਇਸ ਕਰਕੇ ਜਿਹੜੇ ਸੀਗੇ ਆਪਣੇ ਰਾਮਚੰਦਰ ਜੀ, ਦੁਨਿਆਵੀ ਮਰਿਆਦਾ ਅਵਤਾਰ,
ਸ਼ਿਵ ਦੇ, ਵਿਸ਼ਨੂੰ ਦੇ ਅਵਤਾਰ, ਤੇ ਦੂਜੇ ਸੀਗੇ ਕ੍ਰਿਸ਼ਨ ਬਲਦੇਵ ਜੀ, ਸ਼ਿਵ ਦੇ ਅਵਤਾਰ, ਸ਼ਿਵ ਸ਼ਕਤੀ ਦੇ। ਤੇ ਇਹ ਦੋਨੋਂ ਅਵਤਾਰ ਜਿਹੜੇ ਸੀਗੇ ਇਹ ਇੱਥੇ ਹੈਗੇ ਨੇ। ਇਹ ਦੋਨੋਂ ਅਵਤਾਰ ਜਿਹੜੇ ਨੇ ਇਹ ਬਿੱਦਰ ਨਾਲੋਂ ਥੱਲੇ ਸੀਗੇ, ਯਾਨੀ ਕਿ ਬਿੱਦਰ ਉੱਚਾ ਸੀ ਉਹਨਾਂ ਨਾਲੋਂ। ਇਸ ਕਰਕੇ ਇਹ ਅਵਤਾਰ ਫਿਰ ਆਉਂਦੇ ਨੇ ਬਿੱਦਰ ਤੋਂ ਅਕਾਲ ਪੁਰਖ ਦੀ ਸਿਕਸ਼ਾ ਲੈਣ ਲਈ। ਜਿੱਦਾਂ ਸਤਿਗੁਰੂ ਸੱਚੇ ਪਾਤਸ਼ਾਹ ਗੋਬਿੰਦ ਰਾਏ ਜੀ ਕਹਿੰਦੇ ਨੇ, ਜਿਹੜੇ ਹੈਗੇ ਨਾ ਵਿਸ਼ਨੂੰ ਸ਼ਿਵ ਅਤੇ ਸਾਰੇ ਜਿਹੜੇ ਨੇ ਇਹ ਤੁਹਾਡੇ ਤੋਂ ਆਉਂਦੇ ਨੇ ਸਿਕਸ਼ਾ ਲੈਣ ਲਈ, ਇਹਨਾਂ ਤੋਂ ਸਿਕਸ਼ਾ ਲੈਣ ਲਈ ਆਉਂਦੇ ਨੇ। ਅਤੇ ਇਹ ਹੈਗਾ ਇਹਦਾ ਜਿਹੜਾ ਦਰਜਾ ਹੈਗਾ, ਦੁਨਿਆਵੀ ਰੂਹਾਨੀ ਭਗਤ ਅਤੇ ਦੁਨਿਆਵੀ ਜਿਹੜੇ ਸੀਗੇ ਸ਼ਿਵ ਦੇ ਅਵਤਾਰ ਕ੍ਰਿਸ਼ਨ ਬਲਦੇਵ ਜੀ ਅਤੇ ਵਿਸ਼ਨੂੰ ਦੇ ਅਵਤਾਰ, ਇਹ ਬ੍ਰਹਮਾ ਵਿਸ਼ਨੂੰ ਸ਼ਿਵ ਇੱਥੇ ਹੈਗਾ। ਇਹ ਹੈਗਾ ਪਾਰ ਬ੍ਰਹਮ, ਪਾਰ ਬ੍ਰਹਮ ਉੱਚਾ ਹੈਗਾ, ਉਹ ਪਿੱਤਰ ਜਿਹੜਾ ਸੀ ਪਾਰ ਬ੍ਰਹਮ ਦਾ ਭਗਤ ਸੀਗਾ। ਦਾਸੀ ਦੇ ਪੇਟ ਵਿੱਚ ਜਿਹੜਾ ਪੈਦਾ ਹੁੰਦਾ ਸੀ ਉਹਨਾਂ ਨੂੰ ਸ਼ਾਦੀ ਨਹੀਂ ਸੀ ਕਰਨ ਦਿੰਦੇ, ਨਾ ਹੀ ਕੋਈ ਉਹਨੂੰ ਦੁਨਿਆਵੀ ਹੱਕ ਦਿੰਦੇ ਸੀਗੇ। ਇਸ ਕਰਕੇ ਉਹ ਆਪਣੀ ਜ਼ਿੰਦਗੀ ਅਕਾਲ ਪੁਰਖ ਦੀ ਭਗਤੀ ਚਲਾਉਂਦੇ ਸੀ ਅਤੇ ਉੱਚਾ ਦਰਜਾ ਪਾ ਜਾਂਦੇ ਸੀਗੇ। ਇੱਥੇ ਉਹਨਾਂ ਦੱਸਿਆ ਵੀ ਕਿੰਨਾ ਉੱਚਾ ਦਰਜਾ ਪਾਉਂਦੇ ਸੀਗੇ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਨੀਵੀਂ ਨੀਵੀਂ ਜਾਤ ਹੋਵੇ ਬਿਰਾਦੀ ਉੱਤਮ ਪਦਵੀ ਪਾਉਂਦਾ ਜੇ ਉਹ ਹਰ ਦਾ ਨਾਮ ਜਪੇ। ਨੀਚ ਜਾਤ ਕਿਹਨੂੰ ਹੈਗਾ, ਜਿਹੜਾ ਦਾਸੀ ਦੇ ਪੇਟ ਵਿੱਚ ਹੁੰਦਾ ਪੈਦਾ, ਉਹ ਸਾਰਿਆਂ ਨੂੰ ਨੀਚ ਜਾਤ ਹੁੰਦਾ ਹੈਗਾ। ਉਹਦਾ ਪਤਾ ਨਹੀਂ ਹੁੰਦਾ ਵੀ ਕਿਹੜੇ ਕਿਹੜੇ ਪਿਓ ਦਾ ਪੁੱਤਰ ਹੈਗਾ। ਉਹ ਪੁੱਛੋ ਬਿੱਦਰ ਦਾਸੀ ਸੁੱਤੇ ਕਿਸ਼ਨ ਉਤਰਿਆ ਗੜ ਜਿਸ ਜਾਏ। ਜਦੋਂ ਕ੍ਰਿਸ਼ਨ ਬਲਦੇਵ ਜੀ ਉੱਥੇ ਗਏ, ਉਹ ਬਾਦਸ਼ਾਹ ਕਹਿੰਦਾ ਵੀ ਮੇਰੇ ਘਰ ਆਉਣਗੇ, ਪਰ ਉਹ ਜਾ ਕੇ ਉਤਰੇ ਉਹਦੇ ਬਿੱਦਰ ਦੇ, ਜਿਹੜਾ ਕਿ ਦਾਸੀ ਦਾ ਪੁੱਤਰ ਸੀਗਾ। ਹਰ ਕੀ ਕਥਾ ਸੁਣੋ ਜਨ ਭਾਈ, ਹਰ ਦੀ ਜਿਹੜੀ ਕਥਾ ਹੈਗੀ ਉਹ ਹੈਗੀ ਤੁਰਕੀ ਬਾਣੀ। ਤੁਰਕੀ ਬਾਣੀ ਜਿਹਨੂੰ ਮਿਲਦੀ ਉਹਨੂੰ ਹੀ ਮਿਲਦੀ ਹੈਗੀ, ਇਹ ਲਿਖੀ ਨਹੀਂ ਜਾਂਦੀ। ਜੇ ਲਿਖੀ ਜਾਵੇ ਤਾਂ ਇਹ ਫਿਰ ਤੁਰਕੀ ਬਾਣੀ ਨਹੀਂ ਰਹਿੰਦੀ। ਇਹ ਜਿਹੜੀ ਬੀੜ ਹੈਗੀ ਤੁਸੀਂ ਪੜ੍ਹਦੇ ਅੱਜ ਕੱਲ੍ਹ, ਇਹ ਤੁਰਕੀ ਬਾਣੀ ਨਹੀਂ ਹੈਗੀ। ਇਹ ਤਾਂ ਹੈਗੀ ਸਾਰਿਆਂ ਨੂੰ ਹੈਗੀ ਖਾਰੀ ਬੀੜ ਹੈਗੀ। ਜਦੋਂ ਸਤਿਗੁਰੂ ਅਰਜਨ ਦੇਵ ਜੀ ਨੇ ਲਿਖਵਾਈ ਸੀ ਬੀੜ, ਉਹਦੇ ਤੋਂ ਬਾਅਦ ਉਹਨੇ ਕੱਲਿਆ ਸੀ ਵੀ ਜਾਓ ਜਿਲਦ ਬਣਾ ਕੇ ਲਿਆਓ। ਅਤੇ ਜਿਹੜੇ ਜਿਲਦ ਬਣਾਉਣ ਗਿਆ ਸੀ ਉਹਨਾਂ ਨੇ ਇੱਕ ਹੋਰ ਉਤਾਰਾ ਕਰ ਲਿਆ ਸੀਗਾ ਵੀ ਦੋ ਪੇਸ਼ ਕਰ ਦਿੱਤੀਆਂ। ਉਹ ਕਹਿੰਦੇ ਜਿਹੜੀ ਤਾਂ ਲਿਖਵਾਈ ਮੈਂ ਉਹ ਤਾਂ ਹੈਗੀ ਮਿੱਠੀ ਬੀੜ, ਕਿਉਂ ਕੋਈ ਗਲਤੀ ਨਹੀਂ ਹੈਗੀ। ਜਿਹੜੀ ਆਦਮੀਆਂ ਨੇ ਲਿਖੀ ਹੈਗੀ ਉਹਨਾਂ ਪਤਾ ਨਹੀਂ ਹੈਗਾ, ਹੇਰਾ ਫੇਰੀ ਕਰ ਸਕਦੇ ਨੇ। ਇਹ ਹੈਗੀ ਖਾਰੀ ਬੀੜ। ਅੱਜ ਜਿਹੜੀ ਹੈਗੀ ਕਰਤਾਰਪੁਰੀ ਬੀੜ ਦੀ ਦਰਸ਼ਨ ਪ੍ਰੋਫੈਸਰ ਜੋਤ ਸਿੰਘ ਨੇ ਪੜ੍ਹੇ ਸੀਗੇ, ਉਹਨੂੰ ਮੌਕਾ ਲੱਗਿਆ ਸੀ ਦੇਖਣ ਦਾ ਬੀੜ, ਉਹਨੇ ਸਾਰਾ
ਲਿਖਿਆ ਵੀ ਕਿੱਥੇ ਕਿੱਥੇ ਉਹਨਾਂ ਨੇ ਸਫ਼ੇ ਸਾਫ਼ ਕਰ ਦਿੱਤੇ, ਕਈ ਜਗ੍ਹਾ ਰਸੌਂਤ ਨਾਲ ਬਦਲ ਦਿੱਤੀਆਂ, ਕਈ ਕੁਛ ਕੀਤਾ ਹੈਗਾ। ਜਿਹੜੀ ਅੱਜ ਤੁਸੀਂ ਖਾਰੀ ਪੜ੍ਹਦੇ ਨਾ ਬੀੜਾਂ ਗੁਰਦੁਆਰੇ, ਅੱਤ ਖਾਰੀਆਂ ਬੀੜਾਂ ਨੇ, ਇਹ ਤੁਰਕੀ ਬਾਣੀ ਨਹੀਂ ਹੈਗੀ। ਤੁਰਕੀ ਬਾਣੀ ਧੁਰੋਂ ਹੀ ਆਉਂਦੀ ਹੈ, ਅਕਾਲ ਪੁਰਖ ਤੋਂ। ਉਹ ਆਉਂਦੀ ਕਿ ਲੋਜੀਕਲ ਰੀਜਨਿੰਗ ਨਾਲ, ਲੋਜੀਕਲ ਰੀਜਨਿੰਗ ਨਾਲ ਕਰੋਗੇ ਤੁਹਾਡੇ ਦਿਲ 'ਤੇ ਬੈਠੇਗੀ, ਤੁਹਾਡੇ ਸਾਰੇ ਉਹ ਜਿਹੜੇ ਨਾ ਸ਼ੱਕ ਸ਼ੁੱਕ ਦੂਰ ਕਰ ਦੇਵੇਗੀ। ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਜਨ ਹੈਗੇ ਉਹ ਜਿਹੜੇ ਹਰ ਦੇ ਜਨ ਜਿਹੜੇ ਅਕਾਲ ਪੁਰਖ ਨੂੰ ਪਾਉਂਦੇ ਨੇ। ਹਰ ਜਨ ਹੋਰ ਹੈਗੇ ਨੇ, ਹਰੀ ਜਨ ਹੋਰ ਹੈਗੇ ਨੇ। ਹਰੀ ਜਨ ਹੁੰਦੇ ਜਿਹੜੇ ਦਾਸੀਆਂ ਦੇ ਪੇੜੀ 'ਚ ਪੈਦਾ ਹੋਣ, ਹਰ ਜਨ ਹੁੰਦੇ ਜਿਹੜੇ ਅਕਾਲ ਪੁਰਖ ਦੇ ਪੁੱਤਰ ਹੋਣ, ਦੀ ਸੰਸ ਆਫ ਦੀ ਮੋਸਟ ਹਾਈ। ਹਰ ਕੀ ਕਥਾ ਸੁਣੋ ਜਨ ਬਾਈ, ਜਿਤ ਸਹਿਸਾ ਦੁੱਖ ਭੁੱਖ ਸਭ ਲੈ ਜਾਈ। ਉਹਦੀ ਕਥਾ ਸੁਣੋਗੇ ਜਿਹੜੀ ਧੁਰਕੀ ਬਾਣੀ ਹੈਗੀ, ਉਹਦੇ ਨਾਲ ਸਾਰੇ ਤੁਹਾਡੇ ਜਿਹੜੇ ਸ਼ੱਕ ਹੈਗੇ ਨੇ, ਸਹਿਸਾ ਦੁੱਖ ਹੈਗੇ ਨੇ, ਵੀ ਆਹ ਨਹੀਂ ਸਮਝ ਆਉਂਦਾ, ਉਹ ਨਹੀਂ ਆਉਂਦਾ, ਭੁੱਖ ਹੈਗੀ ਕਿਸੇ ਚੀਜ਼ ਦੀ, ਕਿਉਂ ਜੇ ਇੱਕ ਵਾਰੀ ਤੁਹਾਨੂੰ ਖਜ਼ਾਨਾ ਮਿਲ ਜਾਏ ਨਾ, ਅੰਦਰ ਹੀ ਹੈਗਾ ਤੁਹਾਡੇ ਦਿਲ 'ਚ, ਤੁਸੀਂ ਹੋਰ ਢੂੰਡੋਗੇ, ਤੁਹਾਡੀ ਹੋਰ ਭੁੱਖ ਉਹ ਦੂਰ ਕਰੇਗੀ, ਭੁੱਖ ਵੀ ਐਨ ਕਰੂਗੀ ਠੀਕ। ਸਭ ਲੈ ਜਾਏ ਉਹ ਸਾਰੀ ਲੱਥ ਲਚਾਉਂਦੀ ਹੈਗੀ। ਇਹ ਗੁਰਮੁਖਾਂ ਲਈ ਹੈਗਾ, ਮਨਮੁੱਖਾਂ ਲਈ ਨਹੀਂ ਹੈਗਾ, ਜਾਂ ਸਨਮੁੱਖਾਂ ਲਈ ਨਹੀਂ ਹੈਗਾ। ਇਸ ਗੁਰਮੁਖਾਂ ਨੂੰ ਸੰਬੋਧਨ ਕੀਤਾ ਸਤਿਗੁਰੂ ਰਾਮਦਾਸ ਜੀ ਨੇ, ਸੀਲਡ ਟੂ ਸਰਵ ਗੋਡ। ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ। ਰਵਿਦਾਸ ਜੀ ਚਮਾਰ ਸਨ, ਚਮਾਰ ਦੇ ਘਰ ਉਹਨਾਂ ਨੂੰ ਜਨਮ ਦਿੱਤਾ, ਚਮਾਰ ਦਾ ਕੰਮ ਕਰਦੇ ਸੀ, ਪਰ ਉਹ ਗਾਉਂਦੇ ਸੀਗੇ ਹਰ ਦੀ ਕਥਾ। ਉਹ ਉਸਤਤ ਕਰਦੀ ਸੀ ਹਰ ਦੀ, ਅਤੇ ਉਹਦੀ ਜਿਹੜੇ ਸੀਗਾ ਕੀਮਤ ਪਾਈ ਲੋਕਾਂ ਨੇ, ਜ਼ਿਆਦਾ ਨਹੀਂ ਪਾਈ ਕਿਸੇ ਨੇ, ਜਿਹਨੂੰ ਉਤਸ਼ਾਹ ਸੀ, ਜਿਹਨਾਂ ਦੇ ਤੁਰ ਲਿਖਿਆ ਹੋਇਆ ਸੀ ਉਹਨਾਂ ਨੇ ਪਾਈ। ਪਤਿਤ ਜਾਤ ਉੱਤਮ ਪਿਆ, ਚਾਰ ਵਰਨ ਪੈ ਪੱਗ ਲਾਏ। ਪਤਿਤ ਜਾਤ ਇਹਨੂੰ ਚਮਾਰ ਨੂੰ ਕਹਿੰਦੇ ਵੀ ਕਰਦਾ ਹੈਗਾ ਚੂੜੇ, ਜਿੱਦਾਂ ਹੈਗਾ ਨਾ ਵੀ ਗੰਦਾ ਮੰਦਾ ਕੰਮ ਕਰਦਾ ਹੈਗਾ, ਅਤੇ ਚਮਾਰ ਵੀ ਇਹਨੂੰ ਵੀ ਦੂਏ ਖਿੱਟਦੇ ਨੇ ਵੀ ਇਹ ਕੀ ਕੰਮ ਕਰਦਾ ਹੈਗਾ, ਪਰ ਇਹ ਜੁੱਤੀਆਂ ਚੂੜੇ ਚਮਾਰ ਦਾ ਜੇ ਨਾ ਚੰਮ ਬਣਾਵੇ ਤਾਂ ਤੁਸੀਂ ਜੁੱਤੀਆਂ ਕਿੱਥੋਂ ਪਾਓਗੇ। ਇਸ ਕਰਕੇ ਚਮਾਰ ਦੀ ਇੱਜ਼ਤ ਕਰਨੀ ਚਾਹੀਦੀ, ਉਹਦੀ ਉਹ ਰਿਸਪੈਕਟ ਕਰਨੀ ਚਾਹੀਦੀ ਹੈਗੀ। ਇੱਕ ਹੁੰਦੀ ਰਿਸਪੈਕਟ, ਇੱਕ ਹੁੰਦੀ ਓਨਰ। ਓਨਰ ਹੁੰਦੀ ਜਿਹੜੀ ਜਿਹਨੂੰ ਗਿਆਨ ਹੋਵੇ। ਰਵਿਦਾਸ ਜੀ, ਵਿਦਰ, ਨਾਮਦੇਵ ਜੀ, ਇਹ ਓਨਰ ਵਾਲੇ ਹੈਗੇ ਨੇ ਆਦਮੀ, ਭਗਤ ਜਿਹੜੇ ਉਹਨੇ ਓਨਰ ਮਿਲਦੀ ਹੈਗੀ। ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ। ਉਹ ਹਰ ਵੇਲੇ ਅਕਾਲ ਪੁਰਖ ਦੇ ਕੀਰਤਨ ਕਰਦਾ ਹੈਗਾ। ਪਤਿਤ ਜਾਤ ਉੱਤਮ ਵਿਆਹ, ਚਾਰ ਵਰਨ ਪੈ ਪੱਗ ਲਾਏ। ਚਾਰ ਵਰਨ ਜਿਹੜੇ ਹੈਗੇ ਨੇ, ਸ਼ੂਦਰ ਵੈਸ਼ ਖਸ਼ਤਰੀ ਬ੍ਰਾਹਮਣ, ਇਹ ਵਰਨ ਹੈਗੇ ਨੇ
ਇਹ ਜਾਤਾਂ ਨਹੀਂ ਹੈਗੀਆਂ, ਇਹ ਹੈਗੇ ਨੇ ਕੰਮ। ਮੈਂ ਹੁਣ ਬ੍ਰਾਹਮਣ ਵਰਨ ਦਾ ਕੰਮ ਕਰ ਰਿਹਾ, ਜਦੋਂ ਇਹਦੇ ਮੈਂ ਦੱਸ ਰਿਹਾ ਮੇਰੀ ਜਾਤ ਹੈਗੀ ਜੱਟ, ਜਾਤ ਵੱਖਰੀ ਹੈਗੀ, ਵਰਨ ਵੱਖਰਾ ਹੈਗਾ। ਕੋਈ ਕਰਦਾ ਹੈਗਾ ਸਫਾਈ ਦਾ ਕੰਮ ਕਰਦਾ, ਕੋਈ ਦੂਏ ਦੀ ਸੇਵਾ ਕਰਦਾ, ਉਹ ਸ਼ੂਦਰ ਵਰਨ ਹੁੰਦਾ ਹੈਗਾ। ਕੋਈ ਕਰਦਾ ਹੈਗਾ ਵੈਸ਼ ਵਰਨ ਦਾ ਕੰਮ ਕਰਦਾ, ਯਾਨੀ ਕੋਈ ਦੁਕਾਨਦਾਰੀ ਤਜਾਰਤ ਕਰਦਾ, ਵੈਸ਼ ਵਰਨ ਦਾ ਕੰਮ ਹੈਗਾ। ਜੱਟ ਵੀ ਕਰ ਸਕਦੇ ਨੇ, ਚੂੜੇ ਵੀ ਕਰ ਸਕਦੇ, ਚਮਾਰ ਵੀ, ਸਭ ਜਾਤਾਂ ਨੂੰ ਖੁੱਲ੍ਹੇਗੀ। ਲੇਕਿਨ ਪਿੱਛੇ ਯੁਗਾਂ 'ਚ ਹਰ ਇੱਕ ਜਾਤ ਦਾ ਆਪਣਾ ਆਪਣਾ ਹੁੰਦਾ ਸੀ ਵਰਨ, ਵੀ ਆਹ ਤੂੰ ਸਪੈਸ਼ਲਾਈਜ਼ ਕੀਤਾ ਹੁੰਦਾ ਸੀ ਉਹਨਾਂ ਨੇ, ਅਤੇ ਆਪਣੇ ਉਹ ਠੱਗਦੇ ਨਹੀਂ ਸੀ ਲੋਕਾਂ ਨੂੰ ਜ਼ਿਆਦਾ। ਪਰ ਅੱਜ ਕੱਲ੍ਹ ਕਲਯੁਗ ਹੀ ਠੱਗਣਾ ਸ਼ੁਰੂ ਹੁੰਦਾ ਨਾ। ਪਤਿਤ ਜਾਤ ਉੱਤਮ ਵਿਆਹ ਚਾਰ ਵਰਨ ਪੱਗ, ਪੈਰ ਪੱਗ ਲਾਏ ਉਹਨਾਂ ਨੇ, ਪੈਰੀ 'ਚ ਚੌਂ ਵਰਨਾਂ ਨੇ ਉਹਨੂੰ ਸਲਾਮਾਂ ਕੀਤੀਆਂ। ਨਾਮ ਦੇਵ ਪ੍ਰੀਤ ਲੱਗੀ, ਸਤਿਗੁਰੂ ਰਾਮਦੇਵ ਜੀ ਨੇ ਉਹਨੂੰ ਅਕਾਲ ਪੁਰਖ ਨਾਲ ਪ੍ਰੀਤ ਲੱਗੀ। ਹਰ ਛੇਤੀ ਉਹਨੂੰ ਅਕਾਲ ਪੁਰਖ ਨਾਲ ਉਹਦੇ ਜੋੜ ਮਿਲ ਗਿਆ। ਹਰ ਹੈਗਾ ਹਰੀ ਨਹੀਂ, ਹਰ ਦੇ ਨਾਲ ਹਰੀ ਓਮ ਸ਼ਾਂਤੀ ਹਿੰਦੂਆਂ ਦਾ, ਹਰ ਏਕ ਓਮਕਾਰ ਸਿੱਖਾਂ ਦਾ। ਹਰ ਛੇਤੀ ਲੋਕ ਛਿਪਾ ਕਹੇ ਬੁਲਾਏ, ਉਹਨੂੰ ਛਿੰਬਾ ਕਹਿੰਦੇ ਸੀਗੇ। ਹਰ ਕਿਸੇ ਭਗਤ ਨੇ ਆਪਣੀ ਜਾਤ ਨਹੀਂ ਛਿਪਾਈ। ਆ ਜਿਹੜੇ ਗੁਰਦੁਆਰੇ 'ਚ ਕਹਿੰਦੇ ਨਾ ਸਿੱਖ ਕੌਮ, ਇਹ ਤੁਹਾਨੂੰ ਹਰਾਮੀ ਬਣਾਉਂਦੇ ਨੇ। ਜਾਤ ਨਹੀਂ ਬਦਲੀ ਜਾਂਦੀ ਹੁੰਦੀ, ਜਾਤ ਜਿਹੜੀ ਹੈਗੀ ਅਕਾਲ ਪੁਰਖ ਜਨਮ ਦਿੰਦਾ ਤੁਹਾਨੂੰ। ਕਿਸੇ ਨੂੰ ਛਿੰਬੇ ਦੇ ਕਰ ਦਿੱਤਾ, ਕਿਸੇ ਨੂੰ ਚਮਾਰ ਦੇ, ਕਿਸੇ ਨੂੰ ਜੱਟ ਦੇ, ਕਿਸੇ ਨੂੰ ਖੱਤਰੀ ਦੇ, ਪਹਿਲੀ ਉਹਦੀ ਰਜ਼ਾ ਹੈਗੀ। ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁਖ ਲਾਏ। ਉਹ ਮੰਦਰ ਦੇ ਤਾਂ ਸੁਣਿਆ ਨਾ, ਜਦੋਂ ਬ੍ਰਾਹਮਣ ਦੇ ਗਏ, ਇਹ ਜਿਹੜੇ ਹੁੰਦੇ ਨਾ ਮੰਦਰ ਹੁੰਦੇ ਨਾ, ਇਹ ਕੌਮਾਂ ਦੇ ਹੁੰਦੇ ਨੇ। ਕੋਈ ਖੱਤਰੀਆਂ ਦਾ, ਕੋਈ ਚੂੜੀਆਂ ਦਾ, ਕੋਈ ਚਮਾਰਾਂ ਦਾ, ਹਰ ਇੱਕ ਦਾ ਮੰਦਰ ਆਪਣਾ ਆਪਣਾ ਕੌਮਾਂ ਦੇ ਹੁੰਦੇ ਨੇ। ਅਤੇ ਸਤਿਗੁਰੂ ਰਾਮਦਾਸ ਜੀ ਇਹ ਚਿੱਕਦੇ ਚਲੇ ਗਏ ਖੱਤਰੀ ਬ੍ਰਾਹਮਣਾਂ ਦੇ ਮੰਦਰ 'ਚ। ਉਹਨੇ ਉਹਨਾਂ ਨੂੰ ਵੜਨ ਨਹੀਂ ਦਿੱਤਾ, ਕਹਿੰਦੇ ਨਾ ਨਾ ਤੂੰ ਨੀਵੀਂ ਜਾਤ ਦਾ ਹੈਗਾ, ਜਾ ਦੌੜ ਜਾ। ਚੰਗਾ ਕਹਿੰਦਾ ਦੌੜ ਜਾਂਦਾ, ਪਿੱਛੇ ਬਹਿ ਗਿਆ ਮੰਦਰ ਦੇ, ਅਤੇ ਪਿੱਛੇ ਬਹਿ ਗਏ ਤਾਂ ਫਿਰ ਮੰਦਰ ਫਿਰਿਆ, ਅਤੇ ਫਿਰ ਉਹਨਾਂ ਨੂੰ ਅਕਲ ਆਈ। ਦੂਸਰਾ ਇਹ ਵੀ ਹੈਗਾ ਕਿ ਖੱਤਰੀ ਦੇ ਬ੍ਰਾਹਮਣ ਜਿਹੜੇ ਨਾ, ਇਹ ਬੜੇ ਅਹੰਕਾਰੇ ਨੇ। ਬ੍ਰਾਹਮਣ ਜਿਹੜੇ ਨੇ ਵੇਦ ਮਰਿਆਦਾ ਕਹਿੰਦੇ ਸੀ ਪੜ੍ਹਦੇ ਆ, ਪਰ ਇਹਨਾਂ ਦੀ ਪਿੱਠ ਲਾਉਣ ਵਾਲਾ ਖੱਤਰੀ ਹੈਗਾ, ਇਸ ਕਰਕੇ ਮਸ਼ਹੂਰ ਹੈਗਾ। ਪੁੱਤ ਜੰਮਣ ਖਤਰਾਣੀਆਂ, ਕੋਈ ਕੋਈ ਬ੍ਰਾਹਮਣੀਆਂ। ਮਤਲਬ ਹੈਗਾ ਵੀ ਖੱਤਰੀ ਜਿਹੜੇ ਲੋਕ ਹੈਗੇ ਨੇ ਵੇਦ ਮਰਿਆਦਾ 'ਚ ਇੱਕ ਨੰਬਰ ਹੈਗੇ, ਬ੍ਰਾਹਮਣਾਂ ਦੀ ਵੀ ਪਿੱਠ ਲਾਉਂਦੇ ਨੇ। ਅਤੇ ਇਸ ਕਰਕੇ ਬ੍ਰਾਹਮਣ ਖੱਤਰੀ ਬ੍ਰਾਹਮਣ ਜਿਹੜੇ ਸੀਗੇ, ਇਹਨਾਂ ਨੇ ਉਹਨੂੰ ਨਾਮਦੇਵ ਨੂੰ ਪਛਾਣਿਆ ਨਹੀਂ, ਅਤੇ ਨਾਮਦੇਵ ਨੇ ਫਿਰ ਉਹ ਦਿਉੜਾ ਮੋੜ ਲਿਆ। ਜਿਤਨੇ ਭਗਤ ਹਰ ਸੇਵਕਾ ਮੁਖ 68 ਤੀਰਥ ਤਿੰਨ ਤਿਲਕ ਕਢਾਏ। ਨਾਮਦੇਵ ਜੀ ਨੂੰ ਫਿਰ ਜਿਤਨੇ ਵੀ ਸੀਗੇ ਨਾ, ਜਿੱਥੇ ਵੀ 68 ਤੀਰਥ ਸਨ, ਉਹਨਾਂ ਸਾਰਿਆਂ ਦੇ ਉਹਨਾਂ ਨੇ ਤਿਲਕ ਲਾਏ, ਮੰਨਿਆ ਵੀ ਤੂੰ ਹੈਗਾ ਭਗਤ ਹੈਗਾ ਅਕਾਲ ਪੁਰਖ ਦਾ।
ਜਾਂ ਨਾਨਕ ਤਿੰਨ ਕੋ ਅੰਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਪ੍ਰਾਏ ਜਨ ਨਾਨਕ ਨਾਨਕ ਸਤਿਗੁਰੂ ਨਾਨਕ ਜੀ ਕਹਿੰਦੇ ਨੇ ਉਹਨਾਂ ਲੋਕਾਂ ਨੂੰ ਮੈਂ ਹਰ ਦਿਨ ਰਾਤ ਉਹਨਾਂ ਦੀ ਉਹਨਾਂ ਨੂੰ ਪੂਜਾ ਕਰਦਾ ਪਰਸੇ ਪੂਜਾ ਕਰਦਾ ਜੇ ਕਿਰਪਾ ਕਰੇ ਹਰ ਰਾਏ ਜੇ ਹਰ ਰਾਏ ਅਕਾਲ ਪੁਰਖ ਜੀ ਕਿਰਪਾ ਕਰਨ ਹਰ ਦੇ ਬਾਦਸ਼ਾਹ ਰਾਏ ਹਰ ਦਾ ਨਾਮ ਹੈਗਾ ਨਾ ਹਰ ਰਾਏ ਹੈਗਾ ਅਕਾਲ ਪੁਰਖ ਜੇ ਕਿਰਪਾ ਕਰੇ ਅਤੇ ਇਹ ਹੈਗੀ ਇਹਦੀ ਵਿਆਖਿਆ ਅਤੇ ਅੱਗੇ ਜੇ ਕੋਈ ਜ਼ਿਆਦਾ ਜਾਣਕਾਰੀ ਮੇਰੀ ਕਿਤਾਬ ਲਿਖੀ ਇੱਕ ਕੱਖ ਹੋਲੇ ਲੱਖ ਉਹ ਇੰਟਰਨੈਟ 'ਤੇ ਮਿਲ ਜਾਏਗੀ ਅਤੇ ਜੇ ਉਹ ਬੇਸਿਕ ਹੈਗੀ ਜੇ ਤੁਸੀਂ ਜ਼ਿਆਦਾ ਗਿਆਨ ਚਾਹੁੰਦੇ ਹੋ ਤਾਂ ਫਿਰ ਉੱਥੋਂ ਲੈ ਸਕਦੇ ਹੈ।